ਨਾ ਕੀਤੀ। ਮੈਨੂੰ ਵੀ ਇਦਾਂ ਹੀ ਲੱਗ ਰਿਹਾ ਸੀ ਕਿ ਇੱਕ ਮਿੰਟ ਬਾਅਦ ਯਮਰਾਜ ਆਏਗਾ ਤੇ ਤੇਰੀ ਪਿਆਰੀ ਨਯਨ ਨੂੰ ਇੱਥੋਂ ਚੁੱਕ ਕੇ ਲੈ ਲੈ। ਪਰ ਅਲਕਾ ਮਾਲਕਿਨ ਤੇ ਜੈਸਮੀਨ ਇਸ ਟਾਈਮ ਹੈ ਕਿੱਥੇ? ਉਹ ਤਾਂ ਮੈਂ ਨਹੀਂ ਜਾਣਦੀ, ਪਰ ਇੰਨਾ ਪੱਕਾ ਹੈ ਕਿ ਉਹ ਤੇਰੇ ਖਿਲਾਫ ਕੋਈ ਨਾ ਕੋਈ ਚਾਲ ਜ਼ਰੂਰ ਚੱਲ ਰਹੇ ਨੇ। ਮੈਂ ਜਾਣਦੀ ਸੀ ਕਿ ਕੁਛ ਨਾ ਕੁਛ ਗੜਬੜ ਤਾਂ ਜ਼ਰੂਰ ਹੈ। ਮੈਨੂੰ ਤੇਰੀ ਬਹੁਤ ਫਿਕਰ ਹੋ ਰਹੀ ਹੈ, ਪਤਾ ਨਹੀਂ ਉਹ ਦੋਨੇ ਸਪਨੀਆਂ ਤੈਨੂੰ ਕਿਹੜਾ ਡੰਗ ਮਾਰਨਗੀਆਂ। ਦਿਖਦੀ ਤੂੰ ਰੱਬ ਦੀ ਬੱਚੀ ਹੈ, ਪਰ ਸ਼ੈਤਾਨ ਤੇਰੇ ਮਗਰ ਨੇ। ਜਿੱਤੀ ਹੋਈ ਬਾਜ਼ੀ ਵੀ ਤੂੰ ਹਾਰ ਜਾਏਗੀ, ਇਹੀ ਰੱਬ ਦੀ ਮਰਜ਼ੀ ਹੈ। नयन आ गई घर? हाँ जी अलका जी आ गई। नयन नयन बाहर निकल, किथे लुक के बैठी है? किटी जा जाके नयन नु बुला के लेके आ, ओनू कह तेनू शमशेर जी जेल की सैर कराना चाहते। ਪਤਾ ਨਹੀਂ ਨੈਣ, ਉਹਨੇ ਸਭ ਮਿਲ ਕੇ ਤੇਰਾ ਕੀ ਹਾਲ ਕਰਨਗੇ। ਵੱਡੇ ਮਾਲਿਕ, ਗਲਤ ਹਮੇਸ਼ਾ ਗਲਤ ਇਨਸਾਨਾਂ ਦੇ ਨਾਲ ਹੀ ਹੁੰਦਾ। ਮੇਰੇ ਨਾਲ ਤਾਂ ਮਾਤਾ ਨੈਣਾ ਦੇਵੀ ਜੀ ਨੇ, ਮੇਰੇ ਨਾਲ ਕਦੇ ਕੁਛ ਗਲਤ ਨਹੀਂ ਹੁੰਦੇ। ਪੁਲਿਸ ਪੁਲਿਸ ਆਈਏ ਕਰੇ, ਮੰਮੀ ਜੀ ਜੈਸਮੀਨ ਤੇ ਅਲਕਾ ਭੂਆ ਲੈ ਕੇ ਆਏ ਨੇ। ਮੰਮੀ ਜੀ ਤਾਂ ਕਹਿ ਰਹੇ ਸੀ ਕਿ ਉਹ ਨਿਆਣ ਨੂੰ ਫੜ ਕੇ ਜੇਲ੍ਹ ਚ ਲੈ ਜਾਣਗੇ। ਤੂੰ ਫਿਕਰ ਨਾ ਕਰ ਨੈਣ, ਮੈਂ ਵੇਖਦਾ ਇੱਥੇ ਤੈਨੂੰ ਕੌਣ ਲੈ ਕੇ ਜਾਂਦਾ। ਤੂੰ ਇੱਥੇ ਰੁਕ, ਇਹਨਾਂ ਸਭ ਨਾਲ ਮੈਂ ਗੱਲ ਕਰਦਾ। ਤੂੰ ਫਿਕਰ ਨਾ ਕਰ ਨੈਣ, ਅਸੀਂ ਸਾਰੇ ਤੇਰੇ ਲਈ ਅੱਜ ਲੜਾਂਗੇ। ਮੇਰੀ ਗੱਲ ਦਾ ਭਰੋਸਾ ਕਰੋ, ਤੁਸੀਂ ਮੇਰੀ ਜ਼ਿੰਦਗੀ ਹੋ, ਮੇਰਾ ਸਭ ਕੁਝ ਹੋ, ਤੁਹਾਨੂੰ ਭਲਾ ਝੂਠ ਕਿਉਂ ਬੋਲਾਂਗੀ? ਇਹ ਜੈਸਮੀਨ ਇਹ ਸਹੀ ਕੁੜੀ ਨਹੀਂ ਹੈ, ਇਹ ਬਹੁਤ ਖਤਰਨਾਕ ਹੈ। ਦੇਵਾਂਸ਼ ਜੀ ਮੈਂ ਸੱਚ ਕਹਿ ਰਹੀ ਹਾਂ, ਜੈਸਮੀਨ ਬਹੁਤ ਖਤਰਨਾਕ ਹੈ। ਨਯਨ ਨੂੰ ਬਚਾ ਲੈ ਦੇਵਾਂਸ਼, ਜੈਸਮੀਨ ਸਿਰਫ ਤੇਰੇ ਲਈ ਹੀ ਨਹੀਂ ਨਯਨ ਲਈ ਵੀ ਖਤਰਾ ਹੈ, ਉਹਨੂੰ ਬਚਾ ਲੈ ਦੇਵਾਂਸ਼, ਨਹੀਂ ਤਾਂ ਜੈਸਮੀਨ ਨੇ ਉਹਨੂੰ ਖਤਮ ਕਰ ਦੇਣਾ। ਇਸ ਤੋਂ ਪਹਿਲਾਂ ਕਿ ਉਹ ਕੁਝ ਅਜਿਹਾ ਕਰੇ ਜਿਹਦੇ ਨਾਲ ਨਯਨ ਤੇਰੇ ਤੋਂ ਹਮੇਸ਼ਾ ਹਮੇਸ਼ਾ ਲਈ ਦੂਰ ਹੋ ਜਾਵੇ, ਨਯਨ ਨੂੰ ਬਚਾ ਲੈ ਦੇਵਾਂਸ਼। ਤੂੰ ਬਾਸ ਨਹੀਂ ਆਏਗੀ ਨਾ, ਨਿਕਲ, ਚੱਲ ਨਿਕਲ ਇੱਥੋਂ। ਨਯਨ ਨਯਨ ਤੁਹਾਡੇ ਕਹਿਣ ਨਾਲ ਪੁਲਿਸ ਆਪਣਾ ਕੰਮ ਕਰਨਾ ਬੰਦ ਨਹੀਂ ਕਰਦੇਗੀ। ਤੁਸੀਂ ਪੁਲਿਸ ਦੇ ਕੰਮ ਚ ਇੰਟਰਫੇਅਰ ਨਹੀਂ ਕਰ ਸਕਦੇ ਕਿਉਂਕਿ ਮੇਰੇ ਕੋਲ ਨਯਨ ਦੇ ਖਿਲਾਫ ਅਰੈਸਟ ਵਾਰੰਟ ਹੈ। ਅਰੈਸਟ ਵਾਰੰਟ ਹੈ ਤਾਂ ਫਿਰ ਕੀ ਹੋਇਆ? ਮੈਂ ਆਪਣੀ ਫਰੈਂਡ ਨੂੰ ਕਿਤੇ ਨਹੀਂ ਜਾਣ ਦਿਆਂਗੀ। ਨਯਨ ਨੇ ਕਿੰਨੀ ਵਾਰ ਦਿਵਾਂਸ਼ ਵੀਰ ਜੀ ਦੀ ਜਾਨ ਬਚਾਈ ਹੈ, ਇਸ ਗੱਲ ਦਾ ਅੰਦਾਜ਼ਾ ਵੀ ਹੈ ਤੁਹਾਨੂੰ? ਨਯਨ ਨੇ ਸਿਰਫ ਦਿਵਾਂਸ਼ ਵੀਰ ਜੀ ਦੀ ਨਹੀਂ ਬਲਕਿ ਸਹਿਦੇਵ ਦੀ ਜਾਨ ਵੀ ਬਚਾਈ ਹੈ, ਪਰ ਸਹਿਦੇਵ ਨੇ ਮੈਨੂੰ ਆਪ ਦੱਸਿਆ ਸੀ। ਜੋ ਨਯਨ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਲੋਕਾਂ ਦੀ ਜਾਨ ਬਚਾ ਸਕਦੀ ਹੈ, ਹੁਣ ਨਯਨ ਕਿਸੇ ਹੋਰ ਇਨਸਾਨ ਦੀ ਜਾਨ ਕਿੱਦਾਂ ਲੈ ਸਕਦੀ ਹੈ? ਇਹ ਸਭ ਕੇਸੀਐਚ ਦੀ ਚਾਲ ਹੈ, ਪਹਿਲਾਂ ਕਬਾਬ ਚ ਹੱਡੀ ਬਣ ਕੇ ਇਹਨੇ ਦਿਵਾਂਸ਼ ਵੀਰ ਜੀ ਤੇ ਨਯਨ ਦੀ ਜ਼ਿੰਦਗੀ ਚ ਆਈ ਤੇ ਹੁਣ ਨਯਨ ਤੇ ਝੂਠੇ ਇਲਜ਼ਾਮ ਲਗਾ ਕੇ ਹੁਣ ਜੇਲ੍ਹ ਭੇਜਣਾ ਚਾਹੁੰਦੀ ਹੈ। ਕਿੱਟੀ ਅਸੀਂ ਕਿਸੇ ਨੂੰ ਵੀ ਨਾ
अपनी मन मर्जी नहीं करन देंगे। तू ना हुने सहदेव नु फोन ला ते उनु कह कि छेती तो छेती दीवान दे नाल गल कराए। जे दीवांश नु पता लग गया तो एथे आके पता नहीं की करदे। मैनू किट्टी नु फोन करन तो रोकना पवेगा। ਇਹ ਸਿਚੁਏਸ਼ਨ ਮੈਨੂੰ ਹੀ ਸੰਭਾਲਣੀ ਪੈਣੀ ਹੈ, ਨਹੀਂ ਤਾਂ ਇਹ ਬੁੱਢਾ ਦੇਵਾਂਸ਼ ਨੂੰ ਘਰ ਬੁਲਾਏ ਬਿਨਾਂ ਮੰਨੇਗਾ ਨਹੀਂ। ਸਰਦਾਰ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈ। ਦੇਵਾਂਸ਼ ਇਸ ਘਰ ਦਾ ਮੈਂਬਰ ਹੈ ਤੇ ਉਹਨੂੰ ਇਸ ਘਰ ਦੇ ਮੈਂਬਰਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਮਗਰ ਇੱਕ ਗੱਲ ਮੈਂ ਕਲੀਅਰ ਕਰਨਾ ਚਾਹੂੰਗਾ ਕਿ ਨਯਨ ਇਸ ਘਰ ਦੀ ਮੈਂਬਰ ਨਹੀਂ, ਨੌਕਰਾਣੀ ਹੈ। ਨੌਕਰਾਣੀ एक नौकरानी वास्ते दिवांश नु क्यों परेशान करांगे आपां? पोंपी बिल्कुल सही गल कह रहे हैं। नैन बार वाले नहीं, बार वाला तू है पोंपी। नैन इस घर दी नूह है ते दिवांश दी पत्नी है, ते इस गल नु तू भुली ना। ਬਾਹਰ ਵਾਲਾ ਹੋਣ ਦੇ ਨਾਤੇ ਮੇਰੇ ਘਰ ਚ ਕਿਸੇ ਗੱਲ ਦੀ ਦਖਲ ਅੰਦਾਜ਼ੀ ਕਰਨਾ ਤੈਨੂੰ ਕੋਈ ਹੱਕ ਨਹੀਂ ਹੈ। ਜੇ ਤੂੰ ਇਹ ਗਲਤੀ ਕੀਤੀ ਤਾਂ ਘਰੋਂ ਸਿੱਧਾ ਬਾਹਰ ਹੋਏਗਾ। ਮਾਮਾ ਜੀ, ਤੁਸੀਂ ਹਮੇਸ਼ਾ ਨਿਆਂ ਨੂੰ ਉਹਦੀ ਜਗ੍ਹਾ ਯਾਦ ਦਵਾਉਂਦੇ ਹੋ ਨਾ। ਹਜੇ ਦਾਸ ਜੀ ਨੇ ਤੁਹਾਨੂੰ ਤੁਹਾਡੀ ਜਗ੍ਹਾ ਦਿਖਾ ਦਿੱਤੀ ਹੈ। ਹੁਣ ਡੱਡੂ ਵਾਂਗ ਕੁੱਦਣਾ ਬੰਦ ਕਰੋ ਤੇ ਉੱਥੇ ਚੁੱਪ ਚਾਪ ਜਾ ਕੇ ਕੋਨੇ ਚ ਖੜੇ ਹੋ ਜਾਓ, ਆਊਟਸਾਈਡਰ ਨਾ ਹੋਣ ਤੇ। ਕਿੱਟੀ, ਬਕਵਾਸ ਬੰਦ ਕਰ। ਤੂੰ ਪਹਿਲੇ ਉਹਦਾ ਫੋਨ ਵਾਪਸ ਕਰ, ਲਿਆ ਦੇ ਮੈਨੂੰ। ਲੈ ਕਿੱਟੀ ਫੋਨ ਕਰ। ਸਦੇ ਫੋਨ ਨਹੀਂ ਚੁੱਕ ਰਿਹਾ, ਮੈਂ ਫਿਰ ਦੁਬਾਰਾ ਟਰਾਈ ਕਰਦੀ ਹਾਂ। ਦਾਰ ਜੀ, ਸਦੇ ਫਿਰ ਨਹੀਂ ਫੋਨ ਚੁੱਕ ਰਿਹਾ, ਪਤਾ ਨਹੀਂ ਕਿੱਥੇ ਬਿਜ਼ੀ ਹੈ। ਸ਼ੁਕਰ ਹੈ ਸਦੇਵ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਪਹਿਲਾਂ ਦੇਵਾਂਸ਼ ਨੂੰ ਇਹ ਗੱਲ ਪਤਾ ਲੱਗੇ, ਮੈਨੂੰ ਇਸ ਨੈਣ ਨੂੰ ਛੇਤੀ ਜੇਲ੍ਹ ਭੇਜਣਾ ਪਏਗਾ। ਸ਼ਮਸ਼ੀਰ ਜੀ, ਮੈਨੂੰ ਲੱਗਦਾ ਹੈ ਤੁਹਾਨੂੰ ਨੈਣ ਬਾਰੇ ਕੁਝ ਗਲਤ ਫਹਿਮੀ ਹੋਈ ਹੈ। ਨੈਣ ਕਦੇ ਕਿਸੇ ਦਾ ਖੂਨ ਨਹੀਂ ਕਰ ਸਕਦੀ। ਜ਼ਹਿਰ ਤੂੰ ਆਪ ਉਹਨਾਂ ਫੁੱਲਾਂ ਚ ਪਾਇਆ ਸੀ ਤਾਂ ਕਿ ਤੂੰ ਮੈਨੂੰ ਮਾਰ ਸਕੇ। ਅੱਛਾ ਇੱਕ ਗੱਲ ਦੱਸ ਕਿ ਜਦ ਉਹ ਫੁੱਲ ਮੈਂ ਡੋਲੀ ਨੂੰ ਬਾਹਰ ਸੁੱਟਣ ਲਈ ਦੇ ਹੀ ਦਿੱਤੇ ਸੀ, ਫਿਰ ਉਹ ਫੁੱਲ ਦੁਬਾਰਾ ਤੈਨੂੰ ਕਿੱਥੋਂ ਮਿਲ ਗਏ? ਹੈ ਤੇਰੇ ਕੋਲ ਕੋਈ ਜਵਾਬ? ਉਹ ਫੁੱਲ ਜੋ ਤੂੰ ਇੰਸਪੈਕਟਰ ਸਾਹਿਬ ਨੂੰ ਦਿੱਤੇ ਸੀ ਲੈਬੋਰਟਰੀ ਟੈਸਟ ਕਰਵਾਉਣ ਦੇ ਲਈ। ਦੱਸ ਨੈਣ, ਹੈ ਕੋਈ ਜਵਾਬ? ਪਰ ਮੇਰੇ ਕੋਲ ਹੈ ਨੈਣ। ਡੋਲੀ ਨੇ ਸ਼ਮਸ਼ੇਰ ਜੀ ਨੂੰ ਸਭ ਸੱਚ ਦੱਸ ਦਿੱਤਾ ਕਿ ਜਦ ਉਹ ਮੇਰੇ ਕਹਿਣ ਤੇ ਫੁੱਲ ਘਰੋਂ ਬਾਹਰ ਸੁੱਟਣ ਲਈ ਜਾ ਰਹੀ ਸੀ ਤਾਂ ਤੂੰ ਉਹਦੇ ਕੋਲ ਉਹ ਫੁੱਲ ਖੋਲੇ। ਸ਼ਮਸ਼ੇਰ ਜੀ, ਦੱਸਣਾ ਚਾਹਨਾ ਮੈਨੂੰ ਕਿ ਸੱਚ ਕੀ? ਹਾਂ ਨੈਣ, ਜੈਸਮੀਨ ਠੀਕ ਕਹਿ ਰਹੀ ਹੈ, ਡੋਲੀ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ। ਜਿਹੜੀ ਕੁੜੀ ਕਿਸੇ ਦੀ ਵੀ ਜਾਨ ਖਤਰੇ ਚ ਪਾ ਸਕਦੀ ਹੈ ਨਾ, ਉਹ ਇਸ ਘਰ ਚ ਕਿਸੇ ਦੀ ਵੀ ਜਾਨ ਲੈ ਸਕਦੀ ਹੈ। ਇਸ ਕਰਕੇ ਇਹਦਾ ਇੱਥੇ ਰਹਿਣਾ ਠੀਕ ਨਹੀਂ ਹੈ। ਗੱਲਾਂ ਬਹੁਤ ਹੋ ਗਈਆਂ ਨੇ ਇੰਸਪੈਕਟਰ ਸਾਹਿਬ, ਤੁਸੀਂ ਇਹਨੂੰ ਥਾਣੇ ਲੈ ਕੇ ਜਾਓ ਤੇ ਬਾਕੀ ਦੇ ਪੁੱਛਗਿੱਛ ਇਹਦੇ ਤੋਂ ਉੱਥੇ ਕਰਨਾ। ਬਹੁਤ ਢੀਠ ਕੁੜੀ ਹੈ ਇਹ, ਏਦਾਂ ਨਹੀਂ ਮੰਨੇਗੀ।
ਤੁਹਾਨੂੰ ਇਹਦੇ ਤੇ ਡੰਡੇ ਦਾ ਇਸਤੇਮਾਲ ਕਰਨਾ ਹੀ ਪੈਣਾ। ਰੱਬ ਆਪ ਵੀ ਆ ਕੇ ਮੈਨੂੰ ਕਹਿ ਦੇਵੇ ਨਾ ਕਿ ਨੈਣ ਨੇ ਖੂਨ ਕੀਤਾ ਹੈ, ਮੈਂ ਵਿਸ਼ਵਾਸ ਨਹੀਂ ਕਰਾਂਗਾ। ਅੱਜ ਨੈਣ ਵੀ ਮੇਰੇ ਵਾਂਗ ਮਜਬੂਰ ਹੈ, ਅਸੀਂ ਦੋਵੇਂ ਸਭ ਸਾਫ਼ ਸਾਫ਼ ਦੇਖ ਕੇ ਵੀ ਕੁਛ ਨਹੀਂ ਕਰ ਸਕਦੇ। ਰੀਟਾ ਤੇ ਜੈਸਮੀਨ ਨੇ ਨੈਣ ਨੂੰ ਪੂਰੀ ਤਰ੍ਹਾਂ ਆਪਣੇ ਜਾਲ ਚ ਫਸਾ ਦਿੱਤਾ ਹੈ। ਮੇਰੇ ਕੋਲ ਕੋਈ ਆਪਸ਼ਨ ਨਹੀਂ ਹੈ ਨੈਣ, ਕਿਉਂਕਿ ਜੈਸਮੀਨ ਨੇ ਤੇਰੇ ਖਿਲਾਫ਼ FIR ਕਰਾਈ ਹੈ, ਮੈਨੂੰ ਤੈਨੂੰ ਜੇਲ੍ਹ ਲੈ ਕੇ ਜਾਣਾ ਹੀ ਪਏਗਾ। ਨਾਲੇ ਡੋਲੀ ਨੇ ਤੇਰੇ ਖਿਲਾਫ਼ ਗਵਾਹੀ ਦਿੱਤੀ ਹੈ, ਮੇਰਾ ਦਿਲ ਵੀ ਤੈਨੂੰ ਕਸੂਰਵਾਰ ਨਹੀਂ ਮੰਨਦਾ, ਪਰ ਇਸ ਵੇਲੇ ਮੈਂ ਆਪਣੇ ਜਜ਼ਬਾਤਾਂ ਦੀ ਨਹੀਂ ਸੁਣ ਸਕਦਾ। ਮੈਂ ਆਪਣੇ ਦਿਵਾਜ ਮਾਲਿਕ ਨੂੰ ਕੁਛ ਨਹੀਂ ਹੁੰਦੀ। ਤੁਸੀਂ ਮੈਨੂੰ ਜੇਲ੍ਹ ਭੇਜਣਾ ਹੈ ਭੇਜ ਦੋ, ਘਰੋਂ ਬਾਹਰ ਕੱਢਣਾ ਹੈ ਕੱਢ ਦੋ, ਸ਼ਹਿਰੋਂ ਕੱਢਣਾ ਹੈ ਕੱਢ ਦੋ, ਮੈਂ ਬਾਰ ਬਾਰ ਵਾਪਿਸ ਆਵਾਂਗੀ। ਦਿਵਾਸ ਮਾਲਿਕ ਦੇ ਦੁਸ਼ਮਣ ਦਿੱਤੇ ਨੇ, ਮੈਂ ਬਾਹਰ ਦਿੱਤੀ। ਮੈਂ ਕਿਸੇ ਨੂੰ ਨਹੀਂ ਛੱਡਾਂਗੀ, ਨਹੀਂ ਛੱਡਾਂਗੀ ਮੈਂ ਕਿਸੇ ਨੂੰ। ਦੇਖਿਆ ਸ਼ਮਸ਼ੇਰ ਜੀ, ਇਹ ਤਾਂ ਤੁਹਾਡੇ ਸਾਹਮਣੇ ਹੀ ਜੈਸਮੀਨ ਨੂੰ ਤੇ ਸਾਨੂੰ ਸਾਰਿਆਂ ਨੂੰ ਮਾਰਨ ਦੀ ਧਮਕੀ ਦੇ ਰਹੀ ਹੈ। ਇਹਨੂੰ ਕਿਸੇ ਦਾ ਡਰ ਨਹੀਂ, ਇਹ ਪਾਗਲ ਹੋ ਚੁੱਕੀ ਹੈ, ਤੇ ਏਦਾਂ ਦੇ ਖੂਨੀ ਪਾਗਲ ਨੂੰ ਘਰ ਚ ਨਹੀਂ ਰਹਿਣਾ ਚਾਹੀਦਾ। ਤੁਸੀਂ ਇਹਨੂੰ ਜੇਲ੍ਹ ਚ ਲੈ ਕੇ ਜਾਓ। ਤੂੰ ਸਾਰੇ ਹਕੰਡੇ ਅਜ਼ਮਾ ਕੇ ਵੇਖ ਲੈਂਦੇ ਹੈ। ਪਹਿਲਾਂ ਤੂੰ ਸਹਿਜ ਦਾ ਨਾਂ ਲੈ ਕੇ ਡੈਡੀ ਜੀ ਨੂੰ ਮੈਨੂੰ ਪ੍ਰੇਰਿਤ ਕੀਤਾ, ਫਿਰ ਤੂੰ ਦਿਵਾਂਸ਼ ਜੀਜਾ ਦੀ ਮੰਮੀ ਦਾ ਨਾਂ ਲਿੱਤਾ, ਫਿਰ ਵੀ ਤੂੰ ਕੁਛ ਵੀ ਨਹੀਂ ਸਾਬਿਤ ਕਰ ਪਾਈ, ਇਸ ਲਈ ਹੁਣ ਤੈਨੂੰ ਜੇਲ੍ਹ ਜਾਣਾ ਹੀ ਪਏਗਾ। ਇੰਸਪੈਕਟਰ ਸਾਹਿਬ, ਤੁਹਾਡੇ ਸਾਹਮਣੇ ਸਬੂਤ ਵੀ ਹੈ, ਗਵਾਹ ਵੀ ਹੈ ਤੇ ਮੁਜਰਮ ਵੀ ਹੈ, ਫਿਰ ਵੇਟ ਕਿਸ ਗੱਲ ਦੀ ਕਰ ਰਹੇ ਹੋ? ਕਰੋ ਨਾ ਅਰੈਸਟ। ਹੱਥ ਅੱਗੇ ਕਰ। ਇਸ ਵੇਲੇ ਮੈਨੂੰ ਤੁਹਾਡੀ ਸਭ ਤੋਂ ਜ਼ਿਆਦਾ ਲੋੜ ਹੈ, ਕਿੱਥੇ ਹੋ ਤੁਸੀਂ? ਨਯਨ ਕਿੱਥੇ ਹੈ ਤੂੰ? ਦਿਸ ਇਜ਼ ਨਾਟ ਗੁੱਡ ਸਾਈਨ। ਮੈਨੂੰ ਲੱਗਦਾ ਵੀ ਲੱਗ ਰਿਹਾ ਜਿੱਦਾਂ ਕੁਝ ਬੁਰਾ ਹੋਣ ਵਾਲਾ। ਵੀਰ ਜੀ ਕੀ ਹੋਇਆ? ਉਹ ਮੈਨੂੰ ਕੰਚ ਟੁੱਟਣ ਦੀ ਆਵਾਜ਼ ਆਈ, ਕੀ ਗੱਲ ਹੋ ਗਈ? ਉਹ ਮੇਰੇ ਤੋਂ ਹੀ ਗਲਤੀ ਨਾਲ ਗਲਾਸ ਟੁੱਟ ਗਿਆ। ਐਨੀਵੇ ਸਹਿਦੇਵ ਮੈਂ ਠੀਕ ਹਾਂ, ਤੂੰ ਡਾਕਟਰ ਨਾਲ ਗੱਲ ਕੀਤੀ? ਹੈਲੋ, ਮੈਨੂੰ ਡਿਸਚਾਰਜ ਕਿਉਂ ਨਹੀਂ ਦੇ ਰਹੇ? ਸਹਿਦੇਵ ਮੈਂ ਘਰ ਜਾਣਾ, ਪਤਾ ਨਹੀਂ ਕਿਉਂ ਮੈਨੂੰ ਇੱਥੇ ਬਹੁਤ ਅਜੀਬ ਲੱਗ ਰਿਹਾ। ਆਈ ਡੋਂਟ ਥਿੰਕ ਆਈ ਸ਼ੁੱਡ ਵੇਟ ਫੋਰ ਦੀ ਡਾਕਟਰ। ਮੈਂ ਜਾ ਰਿਹਾ। ਓ ਵੀਰ ਜੀ, ਇਹ ਤੁਸੀਂ ਕੀ ਕਰ ਰਹੇ ਹੋ? ਸਹਿਦੇਵ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ। ਕਾਮ ਡਾਊਨ ਮਿਸਟਰ ਖੁਰਾਨਾ, ਅਸੀਂ ਵੈਸੇ ਵੀ ਤੁਹਾਨੂੰ ਘਰ ਭੇਜਣ ਵਾਲੇ ਸੀ। ਯੂ ਕੈਨ ਗੋ ਟੂ ਯੂਰ ਹੋਮ ਨਾਓ। ਅਸੀਂ ਤੁਹਾਡੀ ਆਬਜ਼ਰਵੇਸ਼ਨ ਦੇ ਵਿੱਚ ਕੋਈ ਵੀ ਸਾਈਡ ਇਫੈਕਟ ਨਹੀਂ ਦੇਖਿਆ, ਬਟ ਰਿਮੈਂਬਰ, ਤੁਸੀਂ ਕਿਸੇ ਗੱਲ ਦਾ ਸਟ੍ਰੈਸ ਨਹੀਂ ਲੈਣਾ। ਇਟਸ ਨਾਟ ਗੁੱਡ ਫੋਰ ਯੂਰ ਬ੍ਰੇਨ। ਓਕੇ,
जी डॉक्टर। सहदेव तू जल्दी जाके सारे बिल्स क्लियर करवा दे, मैं तब तक घर जाने रेडी हूं ना। नैना देवी, कौन कहता है कि मैं कल्ली हूं? तुम्हारी कृपा दे नाल है जिस परिवार के ज्यादातर लोग मेरे नाल खड़े ने, इनमें परिवार दीन दे लिए थोड़ा बहुत बहुत धन्यवाद। इस सपनों तो चुप जाते इतना दे, अगर 100 बंदे भी खड़े हो गए ना पुलिस के सामने, तभी पुलिस नु अपना काम करने नहीं रोक सकते। थोड़ा देर वेट कर। आज मैं इम्पॉसिबल नु पॉसिबल होंदे वेख्या। मैं जब नैन नु पहली बार देखा सी, मैं उदो ही समझ गया सी ये कुड़ी कोई आम कुड़िया वांग नहीं है। मेरा दिल तो यही कह रहा है कि नैन किसी का बुरा नहीं कर सकती क्योंकि वो रब की बंदी है, पर मेरा दिमाग वो इस वेले कहता है कि मैं अपने दिल की नहीं कानून की सुनू। नाले वैसे भी इस वेले मैं अपने फर्ज के हथों मजबूर हाँ, इसलिए फिलहाल मैं नैन नू नाल लेके जाना ही पड़ेगा क्योंकि वो खिलाफ FIR दर्ज है। पर राजवीर जी, मैं थोड़े नाल वादा करदा कि हुण मैं इस मामले की डूंघाई तक जाके ही रहांगा, तो जे मैनू जरा भी लग्या ना कि नैन इस मामले च बेकसूर है जां नैन नू कोई फसाण की कोशिश कर रहा है, तो मैं उन्हें उसे वेले रिहा कर दांगा। बड़े मालिक, मैं थोड़े जज्बातों की कदर करती हूँ, पर इस वेले भी अपना काम कर रहे, इन्हां नू इन्हां दा काम करन तो ना रोको, इस लई मैनू जेल जाना ही पएगा। जो मैं हस्पताल एडमिट सी तो तुसी भी मेरी सेवा कीती सी, तुसी मैनू पूछ के कीती सी, नहीं ना? फिर मैं थानू क्यों पूछा? मैं हस्पताल रवांगी थोड़े कोल, कह दिता ना बस। दिवानशुरी जी, अज बड़े दिन बाद मैं थोड़े चेहरे ते स्माइल वेखी। सच दसना, तुसी अपनी जादूगरनी बारे सोच रहे हो ना? क्यों, मैं कुछ होर याद करके खुश नहीं हो सकता? जरूरी थोड़ी है खुश होने सिर्फ एक रीजन। मैं तो वैसे ही कह रहा थी, पर जदों भी तुसी नैन भाभी बारे सोचते हो ना, तुहाडे फेस ते ऑटोमैटिक स्माइल आ जाती है। तू ना आराम नाल गड्डी चला लै, एवं डिटेक्टिव बनी जा रहे। हेलो, हाँ जी डॉक्टर साहब, कितने पहुंचे? हाँ हाँ, जल्दी आ जाओ, इतने तुम सिर्फ 5 मिनट लगन गए जी। प्लीज डॉक्टर साहब जल्दी आ जाओ। सर जी, डॉक्टर साहब उन्हें आ ही रहे ने, असी पीजी नूं उन्होंने कमरे च लै चलिए। मैनू छेती तो छेती इस बुढ़ी माई नू टिकाने लाना पेगा। जे डॉक्टर ने आके इनू फिर तो ठीक कर दिता तो साडी मुसीबत दुगनी हो जानी है। Thank you.
शायद दिवांश वीर जी होंगे। ये किट्टी लगता है दिवांश नु सब कुछ दस के ही मनेगी। एदी जुबान नु ता मैं ताला लानी हां। किट्टी वीर जी पंडित जी तुसी आओ पंडित जी आओ। पंडित जी इस वेले राम 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 राम। आओ जी पंडित जी आओ जी राम राम। सब ठीक ठाक ते है ना? हां जी सब बढ़िया। ओ दरअसल तुहाडे घर जाने मेनू हवन करन लई बुलाया सी। हवन करन लई जी? पंडित जी किन्ने बुलाया तुहानु? मैं बुलाया इन्हां नु। पंडित जी नू मैं ही बुलाया सी घर च हवन करन के लिए। एक्चुअली मैं दिवांश ते बीजी दे ठीक होण दे लई ते इस घर दी शांति लई घर च हवन कराउणा चाहुंदी सी। नैन ने ता किया सी ए दिवांश नू जानू मारना चाहुंदी है, फिर ए दिवांश लई हवन क्यों करवा रही है? वाह जैस्मीन, ए ता बहुत वधिया गल है। वैसे मैं ये सब चीजां च बिलीव नहीं करदी, पर जे तू इस परिवार लई इन्ना सोच के कुछ करना चाहनी है तो मैं तेनू मना नहीं करांगी। इस परिवार लई तेरा प्यार ते केयर देख के ना मैनू बहुत खुशी हुई। ये जैस्मीन अचानक डार्लिंग तो देसी किद्दां बन गई? इन्नू संस्कारी होंदा केड़ा केड़ा लड़ गया? जरूर इहदे दिमाग च कोई चाल चल रही है, मेनू पता लाना ही पाएगा। पंडित जी तुसी हवन की तैयारी शुरू करो। ठीक है। पक्का दिवांश वीर जी होंगे, मैं देखती। किट्टी अगर तू दिवांश नु कुछ भी दसिया तो मैं तेनू इस घर तो बाहर कर देंगी, ते फिर तू नकुल और इस घर तो हमेशा हमेशा लिए दूर हो जाएगी। ये तेनू मंजूर है? ये औरतों वाली जेल च इस आदमी को क्यों रखा गया? कोई है? कोई सुन रहा है? कोई मेरी मदद करो, मेरी हेल्प करो, मेरी मदद करो। इस आदमी ने इतने क्यों रखा गया है? कोई सुन रहा है? सुनो। कौन हो तुसी? हनु इतना लेडीज वाली जेल च क्यों रखा गया? जवाब दो। कोई सुन रहा है? कोई नहीं होना। कहिंदी सी मच्छी है, ए मच्छी ने तंग किता होया। चमशेर जी, चमशेर जी, जे तुसी दोवां ने इस कुड़ी नूं तंग किता ना तां मैं तुहानूं कदी इत्थों बाहर नहीं जान देंगा। चमशेर जी मैनूं लगता है दिवांश जी दी जान नूं खतरा है। हुणे वेख्या अपने दुश्मनां दे विशाल जाल दे विच फसण वाले ने।
शमशेद जी कुछ भी करके दिवाश जी नु बचा लो। मुझे लगता है जैस्मिन उन्होंने ऊपर कोई झूठा केस बना के ना उन्होंने ऊपर कोई झूठा इल्जाम लगा के उन्हें जेल के बीच पहुंचाना चाहती है। प्लीज कुछ भी करके दिवाश जी नु बचा लो। नैन तू दिवांश नाल भविख छोण वाली घटना का कोई दृष्टा नहीं वेख्या? नहीं नहीं मैं हुणे हुणे एक सुपना वेख्या उहदे च मैं सब कुछ वेख्या। लगता नैन ने स्ट्रेस विच कोई बुरा सुपना वेख्या है। मैं तेरे लिए कुछ खान नु भेजदा तू आराम कर। नहीं शमशेद जी मैं कुछ नहीं खाना हो सके तो दिवांश जी नु बचा लो। तुहाडे अगे हाथ जोड़ती हां उन्हें तो खतरा है तुसी फटाफट जाओ तो दिवांश जी नु बचा प्लीज मेरी गल का यकीन करो। नैन दिवांश नु मिस कर रही है शायद इसीलिए इदा बिहेव कर रही है। नैन लगता अंदर ही होगी। बेटा वो तू दिमाग नु की जवाब देंगी? तुसी सारे थले बैठ जाओ हवन की तैयारी पूरी हो गई। जी पंडित जी आओ भी सारे पूजा जाओ। दिवांश वीर जी ने झूठ बोल के ठीक कर रहे हैं। किट्टी पुत्र आज तेरे दिल से जो आंदा है तू कर मैं तेरा पूरा साथ दियांगा। ओम अग्नाये नमः स्वाहा ओम गणेशाय नमः स्वाहा ओम नवग्रहे नमः स्वाहा ओम दुर्गाये नमः स्वाहा। हवन दे टाइम ते नैन इत्थे नजर क्यों नहीं आ रही? हुण मैनूं दिवांश दे सिर तो नयन ता नशा उतारना ही पेगा नहीं ता इन्ने मेरी घर च वापस एंट्री नहीं होण देनी। दिवांश वीर जी मैं तुहानूं दसदी आं कि नयन किथे है। हवन खत्म हो लें दो फिर मैं तनु आप दस दंगी कि नैन किथे गई है। पर तू हवन दे टाइम भी तो मेनू दस ही सकती है ना उदे लई मैं हवन खत्म होने की वेट क्यों करा? क्योंकि ये हवन थोड़े ते बीजी दी चंगी सेहत लई हो रहा है। ए किट्टी मेनू नैन बारे कुछ दस क्यों नहीं रही? पक्का कुछ तकड़बड़ है।